एक तरफ जहां पंजाब के नौजवानों को नशे की बुरी आदत अपनी गिरफ्त में ले रही है, वहीं दूसरी तरफ राज्य के नौजवानों को पंजाब की अमीर सभ्याचार से जोड़ने के लिए, उन्हें बुरी आदतों से दूर करने के लिए कई बुद्धिजीवी प्रयास भी कर रहे हैं। ऐसा ही एक प्रयास किया है विरासते कल्चर फोक क्लब की तरफ से, जिन्होंने द्रोहा की अनाज मंडी में भंगड़ा कप का आयोजन किया गया, जिसमें अलग अलग यूनिवर्सिटियों और कॉलेज की 16 टीमों ने भाग लिया। इस भंगड़ा कप में हिस्सा लेने वाले खिलाड़ियों ने इस प्रयास की सराहना भी की। ਜਿਵੇਂ ਕਿ ਲੋਕ ਨੱਚਣ ਗਾਣ ਵਾਲਾ ਦੂਸਰੇ ਪ੍ਰੋਗਰਾਮ ਚੱਲਦੇ ਪਏ ਨੇ, ਕੋਈ ਬੰਦੂਕਾਂ ਵਾਲੇ ਹੋਰ ਗਾਣੇ, ਤੁਸੀਂ ਕੀ ਕਹਿਣਾ ਚਾਹੁੰਦੇ ਹੋ ਫੋਕ ਪੰਜਾਬੀ ਨੂੰ ਜਾਂ ਭੰਗੜੇ ਨੂੰ ਲੈ ਕੇ? ਲੁਧਿਆਣਾ ਤੋਂ ਅੱਜ ਪਰਫੋਰਮ ਕਰਨ ਆਈ ਹੈ ਇੱਥੇ ਦੁਰਾਣਾ ਵਿਖੇ, ਅਤੇ ਬਹੁਤ ਵਧੀਆ ਭੰਗੜੇ ਦਾ ਮੁਕਾਬਲਾ। ਇੱਥੇ ਕਾਫੀ ਜ਼ਿਆਦਾ ਟੀਮਾਂ ਜੋ ਕਿ ਪੰਜਾਬ ਦੇ ਵੱਖ ਵੱਖ ਕੋਨਿਆਂ ਤੋਂ ਆਈਆਂ ਨੇ, ਮਾਝੇ ਤੋਂ ਆਈਆਂ ਨੇ, ਦੁਆਬੇ ਤੋਂ ਆਈਆਂ ਨੇ, ਪਟਿਆਲਾ ਤੋਂ ਆਈਆਂ ਟੀਮਾਂ, ਫਿਰੋਜ਼ਪੁਰ ਤੋਂ ਆਈਆਂ ਟੀਮਾਂ, ਵੱਖ ਵੱਖ ਟੀਮਾਂ ਪੰਜਾਬ ਦੇ ਵੱਖ ਵੱਖ ਕੋਨਿਆਂ 'ਚ ਹਿੱਸਾ ਲੈ ਰਹੀਆਂ। ਬਹੁਤ ਜ਼ਿਆਦਾ ਵਧੀਆ ਸੱਭਿਆਚਾਰ ਦਾ ਸਾਨੂੰ ਮੇਲਾ ਵੇਖਣ ਦਾ ਮੌਕਾ ਮਿਲ ਰਿਹਾ, ਅਤੇ ਅਸੀਂ ਵੱਧ ਚੜ੍ਹ ਕੇ ਪਰਫੋਰਮ ਕਰਨ ਲਈ ਸਾਡੀ ਟੀਮ ਤਿਆਰ ਹੈ। ਹੋਰ ਹੀ ਕੁਛ ਸਮੇਂ ਵਿੱਚ ਸਾਡੀ ਪਰਫੋਰਮੈਂਸ ਹੋਣ ਵਾਲੀ ਹੈ, ਤਾਂ ਅਸੀਂ ਵੱਧ ਚੜ੍ਹ ਕੇ ਆਡੀਅੰਸ ਨੂੰ ਅਤੇ ਸਾਰੇ ਲੋਕਾਂ ਲਈ ਅਸੀਂ ਪਰਫੋਰਮ ਕਰਨਾ ਚਾਹਾਂਗੇ, ਅਤੇ ਆਪਣੀ ਅਕੈਡਮੀ ਦਾ ਵੀ ਨਾਮ ਰੋਸ਼ਨ ਕਰਨਾ ਚਾਹਾਂਗੇ। ਕੀ ਕਹਿਣਾ ਚਾਹੁੰਦੇ ਹੋ ਤੁਸੀਂ ਵੀ ਜਿਵੇਂ ਨਸ਼ਿਆਂ ਨੂੰ ਲੈ ਕੇ ਅੱਜ ਕੱਲ੍ਹ ਚੱਲ ਰਿਹਾ, ਅਤੇ ਜੇ ਭੰਗੜੇ ਜਾਂ ਖੇਡਾਂ ਵੱਲ ਧਿਆਨ ਦਿੱਤਾ ਜਾਵੇ ਤਾਂ ਕੀ? ਚੌਥਾ ਭੰਗੜਾ ਕੱਪ ਕਰਾਇਆ ਜਾ ਰਿਹਾ, ਪਹਿਲੇ 3 ਸਾਲਾਂ ਤੋਂ ਵੀ ਅਸੀਂ ਮਤਲਬ ਇਹ ਕੱਪ ਚੱਲ ਰਿਹਾ ਸਾਡਾ, ਇਸ ਵਾਰ ਚੌਥਾ ਕੱਪ ਆ। ਸੋ ਇੱਥੇ ਸਾਰੇ ਪੰਜਾਬ ਦੀਆਂ ਵੱਖ ਵੱਖ ਟੀਮਾਂ, ਯੂਨੀਵਰਸਿਟੀਆਂ, ਕਾਲਜਾਂ ਦੀਆਂ, ਸਾਰੀਆਂ ਜਿੰਨੀ ਪੰਜਾਬ ਦੀ ਯੂਨੀਵਰਸਿਟੀਆਂ ਨੇ, ਸਾਰੇ ਯੂਨੀਵਰਸਿਟੀ ਤੋਂ ਟੀਮਾਂ ਆ ਰਹੀਆਂ ਨੇ। ਇਸ ਟਾਈਮ ਸਾਡੇ ਕੋਲ ਅੰਡਰ 16 ਟੀਮਾਂ ਆਈਆਂ ਹੋਈਆਂ ਨੇ, ਜਿਹੜੀਆਂ ਪੂਰੀ ਯੂਨੀਵਰਸਿਟੀ 'ਚੋਂ ਪੂਰੇ ਕਾਲਜਾਂ 'ਚੋਂ, ਪੰਜਾਬ ਦੇ ਜਿੰਨੇ ਵੀ ਕਾਲਜ ਨੇ, ਜਿੰਨੀ ਵੀ ਯੂਨੀਵਰਸਿਟੀ ਅੰਡਰ, ਸਾਰਿਆਂ ਦੇ ਵਿੱਚੋਂ ਆਈਆਂ ਹੋਈਆਂ ਨੇ। ਅੱਛਾ, ਕੀ ਕਹਿਣਾ ਚਾਹੁੰਦੇ, ਤੁਹਾਡਾ ਕੀ ਮਕਸਦ ਹੈ? ਜਿਹੜੇ ਸਾਡਾ ਮਕਸਦ ਇਹੀ ਹੈ ਜੀ, ਜਿਵੇਂ ਅੱਜ ਕੱਲ੍ਹ ਦਾ ਰੁਝਾਨ ਜੋ ਨਸ਼ਿਆਂ ਵੱਲ ਵੱਧ ਰਿਹਾ ਵਾ, ਅਸੀਂ ਇਹ ਪ੍ਰੇਰਿਤ ਕਰਨਾ ਚਾਹੁੰਦੇ ਹਾਂ ਸਾਰਿਆਂ ਨੂੰ, ਜੋ ਵੀ ਆਪਣਾ ਲੋਕ ਨਾਚ ਭੰਗੜਾ ਵਾ, ਸਾਰੇ ਇਹਨਾਂ ਜੁੜਨ, ਵੱਧ ਤੋਂ ਵੱਧ ਇਸ ਨੂੰ ਉੱਚੇ ਉੱਤੇ ਲੈ ਕੇ ਜਾਣ। ਜਾਗਰਤੀ ਲਹਿਰ ਕੇ ਲਈ ਖੰਨਾ ਸੇ ਪਰਮਪ੍ਰੀਤ ਸਿੰਘ ਢਿੱਲੋਂ ਕੀ ਰਿਪੋਰਟ।